ਹਾਂਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਗ੍ਰਿਫਤ ਦੀਆਂ ਖੇਡਾਂ ਦੇ ਗਰਾਊਂਡ ਦੇ ਵਿੱਚੋਂ ਹੀ ਪੇਸ਼ ਕੀਤਾ ਜਾ ਰਿਹਾ। ਹੁਣ ਜਿਹੜੀ ਸਾਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਆ, ਅਸੀਂ ਇੱਕ ਇਹੋ ਜਿਹੇ ਇਨਸਾਨ ਨੂੰ ਫੜ ਕੇ ਲੈ ਕੇ ਆਏ ਹਾਂ ਜਿਹਨਾਂ ਕਿ ਗ੍ਰਿਫਤ ਖੇਡਾਂ ਦੇ ਹਾਣ ਦਾ ਕਹਿ ਦਈਏ ਜਿਹਨਾਂ ਨੂੰ, ਹਾਲਾਂਕਿ ਚਾਹੇ ਉਮਰ 'ਚ ਹਾਣ ਦੇ ਨਹੀਂ, ਪਰ ਉਹਨਾਂ ਨੂੰ ਗ੍ਰਿਫਤ ਦੇ ਵਿੱਚ ਆਇਆ ਨੂੰ ਵੀ 19 ਸਾਲ ਹੋਏ, ਜਿੰਨੀਆਂ ਸਾਲ ਪੁਰਾਣੀਆਂ ਖੇਡਾਂ, ਜਾਣੀ ਕਿ 17 ਸਾਲ ਤੋਂ ਇਹ ਖੇਡਾਂ ਹੋ ਰਹੀਆਂ ਤੇ 17 ਸਾਲ ਤੋਂ ਹੀ ਗ੍ਰਿਫਤ ਦੇ ਵਿੱਚ ਰਹਿ ਰਹੇ ਨੇ ਜੀ ਸਾਡੇ ਪ੍ਰਿੰਸਜੀਤ ਸਿੰਘ ਤੇ ਪ੍ਰਿੰਸਜੀਤ ਸਿੰਘ ਜਟਾਣਾ। ਸੋ ਜਟਾਣਾ ਸਾਹਿਬ, ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਤੇ ਸਾਨੂੰ ਪਤਾ ਲੱਗਿਆ ਵੀ ਤੁਹਾਨੂੰ ਵੀ ਤਕਰੀਬਨ 17 ਸਾਲ ਹੋ ਗਏ ਗ੍ਰਿਫਤ ਦੇ ਰਹਿੰਦਿਆਂ ਨੂੰ, ਤੇ ਇਹਨਾਂ 17 ਸਾਲ ਦੌਰਾਨ ਤੁਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਕਿ ਇਹਨਾਂ ਖੇਡਾਂ ਦੇ ਵਿੱਚ ਪੌੜੀ ਦਰ ਪੌੜੀ ਅੱਗੇ ਵਧੀਆਂ, ਜਾਂ ਕਹਿ ਸਕਦੇ ਹਾਂ ਸਟੈਪ ਦਰ ਸਟੈਪ ਅੱਗੇ ਗਈਆਂ, ਜਾਂ ਕੁਝ ਮਾੜੇ ਪਲ ਵੀ ਦੇਖੇ, ਕੁਝ ਚੰਗੇ ਪਲ ਵੀ ਦੇਖੇ। ਸੋ ਉਹਨਾਂ ਦੇ ਤੁਸੀਂ ਜਿਹੜੇ ਆਪਦੇ ਤਜਰਬੇ ਆ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਵੀ ਜਦੋਂ 17 ਸਾਲ ਪਹਿਲਾਂ ਤੁਸੀਂ ਆਏ ਸੀ ਤੇ ਉਦੋਂ ਇਹਨਾਂ ਦੀ ਖੇਡਾਂ ਦੀ ਸ਼ੁਰੂਆਤ ਹੋਈ ਸੀ, ਤਾਂ ਤੁਸੀਂ ਕਿਵੇਂ ਮਹਿਸੂਸ ਕੀਤਾ ਉਦੋਂ ਤੋਂ ਲੈ ਕੇ? ਹਾਂਜੀ, ਜਦੋਂ ਅੱਜ ਤੋਂ ਮਤਲਬ ਬੈਕ 96 ਦੇ ਵਿੱਚ 97-96 ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਗੇਮਾਂ ਦੀ ਸਾਡੀ ਮਤਲਬ ਇੱਥੋਂ ਦੀ ਕਮੇਟੀ ਵੱਲੋਂ, ਜੀ ਜੀ, ਉਸ ਟਾਈਮ ਇੱਕ ਛੋਟੇ ਜਿਹੇ ਮਤਲਬ ਇਕੱਠ ਦੇ ਤੌਰ ਤੇ ਜਾਂ ਟੂਰਨਾਮੈਂਟ ਦੇ ਤੌਰ ਤੇ ਸ਼ੁਰੂਆਤ ਕੀਤੀ ਸੀ। ਜੀ ਜੀ, ਤੇ ਇੱਕ ਸਿਰਫ ਆਪਣਾ ਮਤਲਬ ਦਿਹਾੜਾ, ਸ਼ਹੀਦੀ ਦਿਹਾੜਾ ਮਨਾਉਣ ਦੇ ਲਈ, ਜੀ ਜੀ, ਜੋ ਕਿ ਸਾਰਿਆਂ ਦੇ ਮਨ ਵਿੱਚ ਸੀ ਕਿ ਆਪਣਾ ਜੋ 84 ਦਾ, ਜੀ ਜੀ ਜੀ, ਮਤਲਬ ਜੋ 84 ਦਾ ਆਪਣਾ ਮਤਲਬ ਸ਼ਹੀਦੀ ਘੱਲੂਘਾਰਾ ਹੋਇਆ ਜੀ, ਉਹਦੇ ਬਾਰੇ ਮਤਲਬ ਕੁਛ ਨਾ ਕੁਛ ਆਪਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰੀਏ। ਜੀ ਬਿਲਕੁਲ ਜੀ, ਉਸ ਯਾਦ ਦੇ ਵਿੱਚ ਆਪਾਂ ਕੁਛ ਨਾ ਕੁਛ ਕਰੀਏ। ਸੋ ਅਖੰਡ ਪਾਠ ਸਾਹਿਬ ਆਪਾਂ ਹਰ ਸਾਲ ਮਤਲਬ ਜਿਸ ਤਰ੍ਹਾਂ ਇੱਥੇ ਪ੍ਰਕਾਸ਼ ਹੁੰਦਾ ਉਹਨਾਂ ਦਾ ਮਤਲਬ ਦੀਵਾਨ ਲੱਗਦੇ ਆ ਭੋਗ ਪੈਂਦਾ, ਉਸ ਤੋਂ ਬਾਅਦ ਫਿਰ ਇੱਕ ਮਤਲਬ ਕਿਸ ਤਰ੍ਹਾਂ ਦਿਹਾੜਾ ਮਨਾਇਆ ਜਾਵੇ। ਜੀ ਜੀ, ਫਿਰ ਸਾਰੇ ਕਮੇਟੀ ਨੇ ਜਿੱਦਾਂ ਡਿਸਾਈਡ ਕੀਤਾ ਵੀ ਆਪਾਂ ਗੇਮਾਂ ਦੇ ਤੌਰ ਤੇ ਮਨਾਇਆ ਜਾਵੇ। ਹਾਂਜੀ, ਖੇਡਾਂ ਆਪਣੀਆਂ ਮਤਲਬ ਪੰਜਾਬੀ ਖੇਡਾਂ, ਕਬੱਡੀ ਜੋ ਕਿ ਆਪਣੀ ਮਸ਼ਹੂਰ ਮਾਂ ਖੇਡ ਕਬੱਡੀ ਹੈ ਜੀ, ਉਹਨੂੰ ਮਤਲਬ ਆਪਾਂ ਸ਼ੁਰੂ ਕਰੀਏ, ਨਾਲ ਹੋਰ ਬੱਚਿਆਂ ਦਾ ਫਿਰ ਰੁਝਾਨ ਵਧੂਗਾ। ਜੀ ਜੀ, ਤੇ ਬਸ ਉਸ ਤਰ੍ਹਾਂ ਉਦੋਂ ਛੋਟੇ ਜਿਹਾ ਇੱਕ ਮਤਲਬ ਸ਼ੁਰੂਆਤ ਕੀਤੀ ਸੀ। ਜੀ ਜੀ, ਜਿਹੜੀ ਕਿ ਫਿਰ ਹੌਲੀ ਹੌਲੀ ਮਤਲਬ ਅੱਜ ਤੁਹਾਨੂੰ ਪਤਾ ਹੀ ਹੈ ਪੂਰੇ ਆਸਟ੍ਰੇਲੀਆ ਦੇ ਵਿੱਚ ਗ੍ਰਿਫਤ ਦੀਆਂ ਖੇਡਾਂ ਮਸ਼ਹੂਰ ਹੈ, ਮਸ਼ਹੂਰ ਹੈ ਇੱਥੋਂ ਦਾ ਜੋ ਮਤਲਬ ਮਹਿਮਾਨ ਨਵਾਜੀ ਹੈ ਜਾਂ ਜੋ ਵੀ ਇੱਥੋਂ ਦਾ ਪਾਉਣ ਪਾਉਣ ਦੇ ਹਿਸਾਬ ਨਾਲ ਜਿਸ ਤਰ੍ਹਾਂ ਵੀ ਇਹ ਟੂਰਨਾਮੈਂਟ ਦਾ ਹੈ ਬਣਿਆ, ਜੀ ਜੀ, ਸਾਰੇ ਆਸਟ੍ਰੇਲੀਆ ਦੇ ਵਿੱਚ ਇਹਦਾ ਰੈਪੂਟੇਸ਼ਨ ਬਣਿਆ ਹੋਇਆ ਜੀ, ਤੇ ਇਹ ਦੋਨੇ ਕੰਮ ਹੋ ਜਾਂਦੇ ਆ, ਗੇਮਾਂ ਵੀ ਹੋ ਜਾਂਦੀਆਂ, ਮੇਲ ਜੋਲ ਵੀ ਹੋ ਜਾਂਦਾ। ਜੀ ਬਿਲਕੁਲ, ਮੇਰਾ ਇੱਕ ਇੱਥੇ ਹੋਰ ਤੁਹਾਨੂੰ ਜਿਹੜਾ ਪੁੱਛਣ ਦਾ ਕਾਰਨ ਇਹ ਸੀ ਵੀ ਤੁਸੀਂ ਕਾਫੀ ਨੇੜੇ ਤੋਂ ਦੇਖਿਆ, ਜਦੋਂ 17 ਸਾਲ ਪਹਿਲਾਂ ਕਬੱਡੀ ਸੀ ਉਦੋਂ ਕਬੱਡੀ ਦਾ ਕੋਈ ਵੱਖਰਾ ਰੂਪ ਸੀ, ਹੌਲੀ ਹੌਲੀ ਉਹਦਾ ਰੂਪ ਬਦਲਦਾ ਅੱਜ ਇਹੋ ਜਿਹਾ ਰੂਪ ਬਣ ਚੁੱਕਿਆ ਵੀ ਖਾਰ ਕਰਕੇ ਆਸਟ੍ਰੇਲੀਆ ਪਿਛਲੇ ਦਿਨਾਂ 'ਚ ਕਾਫੀ ਵੱਡਾ ਕਲੰਕ ਲਵਾਇਆ ਆਸਟ੍ਰੇਲੀਆ ਨੇ ਨਸ਼ਿਆਂ ਦੇ ਮਾਮਲੇ 'ਚ, ਤੇ ਹੋਰ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ, ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੀ ਚੇਂਜਸ? ਹਾਂਜੀ, ਇਸ ਚੀਜ਼ ਦਾ ਅਸੀਂ ਬਹੁਤ ਜ਼ਿਆਦਾ ਮਤਲਬ ਦੇਖਦੇ ਹਾਂ, ਜੋ ਪਿੱਛੇ ਆਪਣਾ ਵਰਲਡ ਕੱਪ ਖੇਡਣ ਗਏ ਸੀ ਜਦੋਂ, ਜੀ ਜੀ, ਉਦੋਂ ਜੋ ਉੱਥੇ ਆਪਣੇ ਖਿਡਾਰੀਆਂ ਨਾਲ ਜੋ ਵੀ ਮਤਲਬ ਉਹਨਾਂ ਨੇ ਸ਼ੋਅ ਕੀਤਾ ਜਾਂ ਹੋਇਆ ਜੋ ਵੀ ਡੋਪਿੰਗ ਟੈਸਟ ਦੇ ਵਿੱਚ ਆਏ ਜੀ, ਤੇ ਉਹ ਤੋਂ ਮਤਲਬ ਸਾਨੂੰ ਕਬੱਡੀ ਹੁਣ ਕਬੱਡੀ ਨਹੀਂ ਲੱਗਦੀ ਜੀ, ਇਹ ਹੁਣ ਮਤਲਬ ਕਹਿ ਲਓ ਵੀ ਕੁਛ ਹੋਰ ਹੀ ਲੱਗਦੀ ਹੈ, ਕਿਉਂਕਿ ਇਹ ਸਾਡੀ ਜਿਹੜੀ ਕਬੱਡੀ ਗੇਮ ਹੈ ਇਹਦੇ ਵਿੱਚ ਵੀ ਸਾਨੂੰ ਮਤਲਬ ਲੱਗਦਾ ਨਹੀਂ ਸੀ ਕਦੇ ਕਿ ਇਸ ਤਰ੍ਹਾਂ ਨਸ਼ਿਆਂ ਦੀ ਇੰਨੀ ਜ਼ਿਆਦਾ ਬਹੁਤਾਤ ਹੋ ਜੂਗੀ ਕਿ ਹਰ ਕੋਈ ਖਿਡਾਰੀ ਮਤਲਬ ਹਰ ਕੋਈ ਤਾਂ ਨਹੀਂ ਲੇਕਿਨ ਬਹੁਤੇ ਖਿਡਾਰੀ ਮਤਲਬ ਅੱਜ ਕੱਲ੍ਹ ਨਸ਼ਾ ਖਾ ਕੇ ਖੇਡਦੇ ਆ ਜੀ, ਜੋ ਕਿ ਮਤਲਬ ਇਸ ਸਾਡੀ ਮਾਂ ਖੇਡ ਦੇ ਲਈ ਬਹੁਤ ਹੀ ਮਾੜਾ ਰੁਝਾਨ ਆ
ਮਤਲਬ ਸਾਡੇ ਲਈ ਵੀ ਸਾਰਿਆਂ ਲਈ, ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਨੂੰ ਪਤਾ ਅੱਜ ਕੱਲ ਨਸ਼ਿਆਂ ਦਾ ਦਰਿਆ ਵਗ ਰਿਹਾ ਜੀ ਬਿਲਕੁਲ, ਤੇ ਉਸ ਦਰਿਆ ਦੇ ਵਿੱਚ ਸਾਰਾ ਕਬੱਡੀ ਦੀ ਖੇਡ ਤੇ ਹੋਰ ਈਵਨ ਗੇਮਾਂ, ਤੁਹਾਨੂੰ ਪਤਾ ਵੱਡੇ ਵੱਡੇ ਓਲੰਪਿਕ ਦੇ ਖਿਡਾਰੀ ਜਿਹੜੇ ਬਾਕਸਿੰਗ ਵਾਲੇ ਉਹ ਮਤਲਬ ਮਾਰ ਚ ਆ ਗਏ, ਮਾਰ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਜੀ, ਤੇ ਇਸ ਤੋਂ ਵੱਧ ਕੀ ਮਤਲਬ ਕੀ ਕਿਹਾ ਜਾ ਸਕਦਾ। ਪਰ ਹੁਣ ਜਿੱਥੇ ਮੇਰੀ ਕਹਿਣ ਦਾ ਮਤਲਬ ਇਹ ਆ ਵੀ ਇਸ ਸਾਰੇ ਰੁਝਾਨ ਨਾਲ ਜਿਹੜੇ ਇੱਥੋਂ ਦਾ ਯੂਥ ਆ, ਇੱਥੋਂ ਦੇ ਯੂਥ 'ਚ ਅਸੀਂ ਪੰਜਾਬੀ ਪਾਉਣ ਲਈ ਜਾਂ ਪੰਜਾਬੀਅਤ ਨੂੰ ਜਗਾਉਣ ਲਈ ਜਾਂ ਫਿਰ ਪੰਜਾਬੀ ਖੇਡਾਂ ਜਾਂ ਸਿੱਖਿਜ਼ਮ ਨੂੰ ਜਗਾਉਣ ਲਈ ਇਹ ਕੁਝ ਕਰ ਰਹੇ ਆ, ਇਹ ਚੀਜ਼ਾਂ ਕਿੱਧਰ ਨੂੰ ਜਾ ਰਹੀਆਂ? ਜੇ ਸਾਡੇ ਪਲੇਅਰ ਹੀ ਨਸ਼ਾ ਕਰਕੇ ਖੇਡ ਰਹੇ ਆ ਜਾਂ ਸਾਡੇ ਪਲੇਅਰ ਹੀ ਨਸ਼ੇੜੀ ਹੋ ਗਏ ਆ ਜਾਂ ਕੁਝ ਇੱਕ ਇਹੋ ਜਿਹੀਆਂ ਪ੍ਰਬੰਧਕਾਂ ਨੇ ਮੈਨੂੰ ਇਹੀਆਂ ਦੇਰੀਆਂ ਹੋ ਰਹੀਆਂ, ਤਾਂ ਫਿਰ ਉਹ ਚੀਜ਼ਾਂ ਨੂੰ ਤੁਸੀਂ ਕਿਸ ਐਂਗਲ ਤੇ ਦੇ ਰਹੇ ਹੋ? ਇੱਥੋਂ ਦਾ ਯੂਥ ਕੀ ਸਿੱਖੂਗਾ ਇਹਨਾਂ ਚੀਜ਼ਾਂ ਤੋਂ? ਬਿਲਕੁਲ ਜੀ, ਇੱਥੋਂ ਦਾ ਯੂਥ ਆ ਜਿਹੜਾ ਅੱਜ ਦੀ ਡੇਟ ਦੇ ਵਿੱਚ ਉਹ ਬਿਲਕੁਲ ਭੰਬਲ ਭੂਸੇ ਦੇ ਵਿੱਚ ਪਿਆ ਹੋਇਆ ਜੀ ਜੀ, ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜਿਹੜੇ ਅਸੀਂ ਟੂਰਨਾਮੈਂਟ ਜਾਂ ਇਹ ਗੇਮਾਂ ਦਾ ਪ੍ਰਬੰਧ ਕਰਦੇ ਆ ਜੀ ਵੀ ਅਸੀਂ ਇਹ ਕਿਸ ਲਈ ਕਰਦੇ ਆ ਜੀ ਜੀ, ਕਿਉਂਕਿ ਜੋ ਮਤਲਬ ਨਸ਼ਿਆਂ ਦਾ ਕਬੱਡੀ ਦੇ ਵਿੱਚ ਜਾਂ ਹੋਰ ਮਤਲਬ ਜੋ ਇੱਥੇ ਆਮ ਤੌਰ ਤੇ ਲੋਕੀ ਨਸ਼ੇ ਕਰਕੇ ਮਤਲਬ ਘੁੰਮ ਰਹੇ ਆ ਜੀ ਜੀ, ਉਹਨਾਂ ਨੂੰ ਬੱਚਿਆਂ ਨੂੰ ਅਸੀਂ ਕੀ ਸਿੱਖਿਆ ਦੇਵਾਂਗੇ ਜੀ? ਬਿਲਕੁਲ, ਅਸੀਂ ਉਹਨਾਂ ਨੂੰ ਕੋਈ ਵੀ ਸਿੱਖਿਆ ਨਹੀਂ ਦੇ ਸਕਦੇ ਜੀ, ਲੇਕਿਨ ਜੋ ਕਬੱਡੀ ਅੱਜ ਇੱਕ ਲੜਾਈ ਦਾ ਅਖਾੜਾ ਬਣ ਚੁੱਕੀ ਹੈ ਜੀ, ਅਸੀਂ ਉਹਨਾਂ ਨੂੰ ਸਿੱਖਿਆ ਕੀ ਦੇਣੀ ਹੈ? ਪਰ ਸਾਨੂੰ ਇਸ ਲਈ ਮਤਲਬ ਇਹਨੂੰ ਵਾਚ ਆਊਟ ਕਰਨਾ ਪੈਣਾ, ਦੇਖਣਾ ਪੈਣਾ ਵੀ ਜਾਂ ਸਾਨੂੰ ਕਹਿੰਦੇ ਜਿਵੇਂ ਕਹਿੰਦੇ ਮੁੜ ਵਿਚਾਰ ਕਰਨੀ ਪੈਣੀ ਹੈ ਜੀ ਜੀ, ਅੱਜ ਮਤਲਬ ਇੰਨੇ ਸਾਲਾਂ ਬਾਅਦ ਜੀ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਮੁੜ ਕੇ ਰਾਹ ਤੇ ਲੀਹ ਤੇ ਲੈ ਕੇ ਆਈਏ ਜੀ, ਤਾਂ ਕਿ ਮਤਲਬ ਜਿਹੜੀ ਅਸੀਂ ਇੱਕ ਸ਼ੁਰੂ ਕੀਤੀ ਆ ਮਤਲਬ ਜੀ ਖੇਡ ਜੀ, ਇਹਨੂੰ ਖੇਡ ਦੇ ਰੂਪ ਵਿੱਚ ਹੀ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤੇ ਬੱਚਿਆਂ ਨੂੰ ਜਿੱਦਾਂ ਕਿ ਆਪਾਂ ਨੂੰ ਪਤਾ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਕਬੱਡੀ ਪ੍ਰਫੁੱਲਿਤ ਹੋ ਰਹੀ ਹੈ ਹਾਂਜੀ ਹਾਂਜੀ, ਤੇ ਉਹਦੇ ਵਿੱਚ ਆਪਾਂ ਮਤਲਬ ਇਹਨੂੰ ਇੱਕ ਵਧੀਆ ਮਤਲਬ ਦਰਖਤ ਦਾ ਰੂਪ ਦਈਏ ਜੀ ਜੀ, ਨਾ ਕਿ ਇਹਨੂੰ ਇੱਕ ਕੰਡੇ ਵਾਲੀ ਬਾੜ ਬਣਾਈਏ ਜੀ। ਬਿਲਕੁਲ, ਤੁਸੀਂ ਹੁਣ ਇੱਕ ਚੀਜ਼ ਨੋਟ ਕੀਤੀ ਹੋਣੀ ਆ, ਗ੍ਰਿਫਤ ਦੀਆਂ ਖੇਡਾਂ ਤੇ ਅੱਜ ਸਵੇਰ ਹੀ ਗੱਲ ਹੋ ਰਹੀ ਸੀ ਵੀ ਇੱਥੇ ਤਕਰੀਬਨ ਸ਼ਾਂਤੀਪੂਰਵਕ ਖੇਡਾਂ ਹੋ ਜਾਂਦੀਆਂ। ਹਾਂਜੀ ਹਾਂਜੀ ਬਹੁਤ, ਪਰ ਅੱਜ ਹੀ ਹੁਣ ਥੋੜੇ ਜਿਹੇ ਇਨਸੀਡੈਂਟਸ ਇੱਕ ਦੋ ਹੋਏ ਛੋਟੇ ਛੋਟੇ, ਤਾਂ ਕੀ ਤੁਸੀਂ ਨੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਆਉਣ ਵਾਲੇ ਦਿਨਾਂ ਲਈ ਮਾੜੇ ਟਾਈਮ ਦੇ ਸੰਕੇਤ? ਇਹ ਬਿਲਕੁਲ ਬਹੁਤ ਮਾੜਾ ਰੁਝਾਨ ਆ ਜਿਹੜਾ ਆਪਾਂ ਕਬੱਡੀ ਜੋ ਇੱਕ ਮਤਲਬ ਟਸਲ ਜੋ ਆਪਾਂ ਮਤਲਬ ਗਰਾਊਂਡ ਤੋਂ ਬਾਹਰ ਇੱਕ ਟਸਲ ਬਣ ਗਈ ਆ ਜੀ ਜੀ, ਇਹ ਇੱਕ ਮਾੜਾ ਰੁਝਾਨ ਆ, ਇਹਦੇ ਵਿੱਚ ਮਤਲਬ ਸਾਰਿਆਂ ਦਾ ਆਪਣਾ ਮਤਲਬ ਨੁਕਸਾਨ ਹੋ ਰਿਹਾ। ਅੱਜ ਇੱਕ ਦੱਬੀਵਾਜ਼ ਚ ਇਹ ਵੀ ਗੱਲ ਹੁੰਦੀ ਆ ਵੀ ਕਬੱਡੀ ਦਾ ਜਦੋਂ ਮੈਚ ਹੁੰਦਾ ਉਦੋਂ ਦੋ ਮੈਚ ਹੋ ਰਹੇ ਹੁੰਦੇ, ਇੱਕ ਗਰਾਊਂਡ ਦੇ ਵਿੱਚ ਹੋ ਰਿਹਾ ਹੁੰਦਾ, ਇੱਕ ਗਰਾਊਂਡ ਤੋਂ ਬਾਹਰ ਹੋ ਰਿਹਾ। ਬਿਲਕੁਲ ਬਿਲਕੁਲ, ਤੇ ਜਿਹੜਾ ਗਰਾਊਂਡ ਦੇ ਵਿਚਲਾ ਮੈਚ ਆ ਉਹ ਟਾਈਮ ਪੀਰੀਅਡ ਦਾ ਹੁੰਦਾ ਅੱਧੇ ਪੌਣੇ ਘੰਟੇ ਦਾ 40 ਮਿੰਟ ਦਾ, ਪਰ ਜਿਹੜਾ ਗਰਾਊਂਡ ਤੇ ਬਾਹਰ ਦਾ ਹੁੰਦਾ ਉਹ ਟੂਰਨਾਮੈਂਟ ਤੋਂ 2 ਮਹੀਨੇ ਪਹਿਲਾਂ ਸ਼ੁਰੂ ਹੁੰਦਾ ਤੇ ਮਹੀਨਾ ਬਾਅਦ ਤੱਕ ਰਹਿੰਦਾ। ਇਹ ਚੀਜ਼ਾਂ ਨੂੰ ਕਿਵੇਂ ਠੱਲ ਪਾਈ ਜਾਊਗੀ? ਕਿਉਂਕਿ ਅਕਸਰ ਜੇ ਮੈਨੇਜਮੈਂਟ ਕਮੇਟੀਆਂ ਕਬੱਡੀ ਦੀਆਂ ਟੀਮਾਂ ਖੜੀਆਂ ਕਰਦੀਆਂ, ਹੈਡਕ ਲੈਂਦੀਆਂ, ਤਾਂ ਉਹਨਾਂ ਦੀ ਕੁਝ ਇੱਕ ਉਹਨਾਂ ਦੇ ਹੱਕਾਂ ਲਈ ਲੜਨਾ ਵੀ ਪੈਂਦਾ। ਇਹਦੇ ਵਿੱਚ ਇਸ ਤਰ੍ਹਾਂ ਇਹ ਇੱਕ ਮਤਲਬ ਕਹਿ ਲਓ ਵੀ ਜਿਹੜਾ ਹੈਗਾ ਆਪਾਂ ਨੂੰ ਇੱਕ ਸੈਂਟਰਲ ਸਿਸਟਮ ਜਿਹੜਾ ਬਣਾਉਣਾ ਪੈਣਾ, ਸਥਾਪਿਤ ਕਰਨਾ ਪੈਣਾ ਜੀ, ਬਣਾਉਣਾ ਪੈਣਾ, ਕਿਉਂਕਿ ਜਦੋਂ ਵੀ ਕੋਈ ਕਹਿੰਦਾ ਅਗਲਾ ਕਹਿੰਦਾ ਜੀ ਇਹ ਰੂਲ ਤਾਂ ਸਾਡੇ ਟੂਰਨਾਮੈਂਟ 'ਚ ਤਾਂ ਲਾਗੂ ਨਹੀਂ ਹੁੰਦਾ ਜੀ, ਇਹ ਤਾਂ ਸਿੱਖ ਗੇਮਾਂ 'ਚ ਲਾਗੂ ਹੁੰਦਾ ਜੀ, ਕੋਈ ਕਹਿੰਦਾ ਜੀ ਇਹ ਸਿੱਖ ਗੇਮਾਂ 'ਚ ਇਹ ਲਾਗੂ ਨਹੀਂ ਹੁੰਦਾ ਜੀ। ਸੋ ਇਸ ਤਰ੍ਹਾਂ ਇਹ ਮੇਰੇ ਹਿਸਾਬ ਨਾਲ ਜਿਹੜਾ ਵੀ ਆਪਾਂ ਕੋਈ ਇੱਕ ਸਾਂਝੀ ਜਿਹੜੀ ਆਪਾਂ ਇੱਕ ਇਹਦੀ ਆਪਾਂ ਮਤਲਬ ਬਣਾਵਾਂਗੇ ਜੀ, ਕਮੇਟੀ ਜਾਂ ਜੋ ਵੀ ਇਹਨੂੰ ਆਰਗੇਨਾਈਜ਼ ਕਰਦੀ ਆ ਜਾਂ ਹੈਗੀ ਵੀ ਆ ਆਲਰੇਡੀ, ਉਹਦੇ ਵਿੱਚ ਆਪਾਂ ਨੂੰ ਇੱਕ ਇਹ ਗੱਲ ਇੱਕ ਮੰਨਣੀ ਪੈਣੀ ਆ ਸਾਰਿਆਂ ਨੂੰ ਵੀ ਆਪਾਂ ਉਹ ਇਸ ਇੱਕ ਕਮੇਟੀ ਦੇ ਵਿੱਚ ਜੋ ਆਪਣੀ ਸੰਵਿਧਾਨ ਆ ਕਾਨੂੰਨ ਆ ਕਬੱਡੀ ਬਾਰੇ ਜੋ ਵੀ ਆ
ਜੀ ਉਹ ਆਪਾਂ ਜੋ ਵੀ ਇੱਥੇ ਬਣਾਉਣਾ ਚਾਹੁੰਦੇ ਆ ਕਿਹਨੂੰ ਖੜਾਉਣਾ ਕਿਹਨੂੰ ਨਹੀਂ ਖੜਾਉਣਾ ਕਿਹਨੂੰ ਕਿੰਨਾ ਚਿਰ ਪਹਿਲਾਂ ਖੜਾਉਣਾ ਕਿਹਨੂੰ ਬਾਅਦ ਖੜਾਉਣਾ ਉਹ ਆਪਾਂ ਮਤਲਬ ਉਹ ਸਾਰਾ ਕੁਛ ਲਿਖਿਆ ਹੋਣਾ ਚਾਹੀਦਾ ਬਿਲਕੁਲ ਤਾਂ ਕਿ ਕੋਈ ਕਿਤੇ ਗ੍ਰਿਫਤ ਜਾ ਕੇ ਜਾਂ ਕੋਈ ਕੌਫ ਸਾਹਿਬ ਜਾ ਕੇ ਜਾਂ ਸਿਡਨੀ ਇੰਗਲੈਂਡ ਜਾ ਕੇ ਉੱਥੇ ਮੌਕੇ ਤੇ ਰੌਣਾ ਨਾ ਪਵੇ ਜਦੋਂ ਗੇਮ ਸ਼ੁਰੂ ਹੋਣ ਵਾਲੀ ਹੈ ਜੀ ਜੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇਹ ਮੇਨ ਪ੍ਰੋਬਲਮ ਸਪੋਰਟਸਮੈਨਸ਼ਿਪ ਦੀ ਘਾਟ ਨਾਲ ਆਉਂਦੀ ਆ ਅਸੀਂ ਗਰਾਊਂਡ ਦੇ ਵਿੱਚ ਤਾਂ ਕਹਿ ਦਿੰਦੇ ਹਾਂ ਵੀ ਪਲੇਅਰ 'ਚ ਸਪੋਰਟਸਮੈਨਸ਼ਿਪ ਨਹੀਂ ਹੈ ਪਰ ਕੀ ਪ੍ਰਬੰਧਕਾਂ ਵਿੱਚ ਵੀ ਤੈਅ ਹੋਣੀ ਚਾਹੀਦੀ ਹੈ ਬਿਲਕੁਲ ਇਹ ਸਪੋਰਟਸਮੈਨਸ਼ਿਪ ਦੀ ਜਿਹੜੀ ਘਾਟ ਆ ਉਹਦੇ ਕਰਕੇ ਹੀ ਹੋ ਰਿਹਾ ਸਾਰਾ ਕੁਛ ਬਾਕੀ ਜਿਹੜੇ ਲੋਕ ਆ ਉਹ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਜੀ ਜੀ ਜੇ ਕਬੱਡੀ ਦੇਖਣ ਲਈ ਦੂਰੋਂ ਦੂਰੋਂ ਆਉਂਦੇ ਜੀ 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 ਤੇ ਉਹ ਕਦੇ ਵੀ ਇਹ ਮਨ ਵਿੱਚ ਨਹੀਂ ਲੈ ਕੇ ਆਉਂਦੇ ਕਿ ਉੱਥੇ ਕਬੱਡੀ ਦੀ ਥਾਂ ਤੇ ਅਸੀਂ ਲੜਾਈ ਵੇਖਾਂਗੇ ਜਾਂ ਕੋਈ ਇਦਾਂ ਦੀ ਚੀਜ਼ ਜਾਂ ਗਰਾਊਂਡ ਦੇ ਵਿੱਚ ਓਏ ਓਏ ਜਾਂ ਇਦਾਂ ਦਾ ਕੁਛ ਦੇਖਾਂਗੇ ਤੇ ਲੋਕੀ ਜਦੋਂ ਕਬੱਡੀ ਦੇਖਦੇ ਆ ਉਹ ਸਾਰਾ ਭੁੱਲ ਜਾਂਦੇ ਆ ਜੀ ਬਿਲਕੁਲ ਬਿਲਕੁਲ ਮਤਲਬ ਆਪਣਾ ਸਾਰਾ ਮਤਲਬ ਰਾਤ ਨੂੰ ਸਮਝ ਲਓ ਇੱਥੇ 7 ਵਜੇ ਤੱਕ 8 ਵਜੇ ਤੱਕ ਫਾਈਨਲ ਮੈਚ ਹੁੰਦਾ ਤੁਸੀਂ ਦੇਖੋ ਇੰਨੀ ਠੰਡ ਹੁੰਦੀ ਹੈ ਲਾਈਟਾਂ ਜਗਾ ਕੇ ਲੋਕੀ ਬੈਠੇ ਰਹਿੰਦੇ ਆ ਫਾਈਨਲ ਮੈਚ ਦੇਖ ਕੇ ਜਾਵਾਂਗੇ ਸੋ ਜੀ ਸੋ ਦੋਸਤੋ ਤੁਸੀਂ ਜਿਹੜੀ ਸਾਡੀ ਇਹ ਗੱਲਬਾਤ ਸੁਣ ਰਹੇ ਹੋ ਗੱਲਬਾਤ ਦੇ ਵਿੱਚ ਤੁਸੀਂ ਜਿੱਦਾਂ ਕਿ ਪ੍ਰਿੰਸ ਜੀ ਤੋਂ ਜਟਾਣਾ ਜੀ ਜਿਹੜੇ ਕਿ ਇੱਥੇ ਤਕਰੀਬਨ 17 ਸਾਲ ਤੋਂ ਵਿਚਰ ਰਹੇ ਆ 17 ਸਾਲ ਤੋਂ ਇਹਨਾਂ ਖੇਡਾਂ ਤੇ ਇਹਨਾਂ ਨੇ ਨਿਗਾਹ ਬਣਾਈ ਹੋਈ ਆ ਵਧੀਆ ਇੱਥੋਂ ਦੇ ਇੱਕ ਚੰਗੇ ਬਹੁਤ ਮੰਨੇ ਹੋਏ ਜਿਹੜੇ ਖੇਤੀਕਾਰ ਨੇ ਤੇ ਚੰਗੇ ਉਹ ਬਿਜ਼ਨਸਮੈਨ ਨੇ ਤੇ ਬਹੁਤ ਵਧੀਆ ਬਿਜ਼ਨਸ ਇਹਨਾਂ ਦਾ ਇੰਡੀਆ ਦੇ ਵਿੱਚ ਵੀ ਚਲਾ ਰਹੇ ਆ ਤੇ ਬੜੀ ਵਧੀਆ ਉਹਨਾਂ ਨੇ ਸੁਲਝੀਆਂ ਹੋਈਆਂ ਸਾਨੂੰ ਜਿਹੜੀਆਂ ਗੱਲਾਂ ਵੀ ਦੱਸੀਆਂ ਤੇ ਪਰ ਕੀ ਇਹ ਚੀਜ਼ਾਂ ਲਈ ਸਾਨੂੰ ਸਾਰਿਆਂ ਦਾ ਸਹਿਯੋਗ ਨਹੀਂ ਚਾਹੀਦਾ ਇਹ ਗੱਲ ਵਿਚਾਰਨ ਵਾਲੀ ਹੈ ਕਿਉਂਕਿ ਇੱਕ ਬੰਦਾ ਕੋਈ ਵੀ ਸੁਧਾਰ ਨਹੀਂ ਕਰ ਸਕਦਾ ਜੇ ਕੋਈ ਚਾਰ ਚਿੰਤਕ ਚਿੰਤਾ ਕਰਦੇ ਆ ਉਹਦੇ ਨਾਲ ਵੀ ਕੋਈ ਸੁਧਾਰ ਨਹੀਂ ਹੁੰਦਾ ਸੁਧਾਰ ਤਾਂ ਫੇਰ ਆਉਣਾ ਜੇ ਅਸੀਂ ਸਾਰੇ ਕਰਾਂਗੇ ਸਾਰੇ ਸਾਰੇ ਤੇ ਸੋ ਜਾਂਦੇ ਜਾਂਦੇ ਅਸੀਂ ਜਿਹੜੀ ਪ੍ਰਾਹੁਣਚਾਰੀ ਦੀ ਅਕਸਰ ਗੱਲ ਕਰਦੇ ਹਾਂ ਗ੍ਰਿਫਤ ਦੀ ਪ੍ਰਾਹੁਣਚਾਰੀ ਬਹੁਤ ਵਧੀਆ ਹੁੰਦੀ ਆ ਇਸ ਵਾਰ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਬਹੁਤ ਕੁਛ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਇੱਕ ਵਿਆਹ ਹੁੰਦਾ ਆਪਾਂ ਵਿਆਹ ਦੇ ਵਿੱਚ ਇਕੱਠੇ ਹੁੰਦੇ ਆ ਜੀ ਉਸ ਤਰ੍ਹਾਂ ਦਾ ਖਾਣਾ ਪੀਣਾ ਸਭ ਕੁਝ ਦੇਖੋ ਚੱਲ ਰਿਹਾ ਹਰ ਪਾਸੇ ਲੰਗਰ ਹਰ ਇੱਕ ਚੀਜ਼ ਦਾ ਪ੍ਰਬੰਧ ਇੱਥੇ ਬਾਖੂਬੀ ਕੀਤਾ ਜਾਂਦਾ ਜਦ ਅਸੀਂ ਇਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਬਾਖੂਬੀ ਕਰਦੇ ਹਾਂ ਤਾਂ ਫਿਰ ਇਹ ਕਬੱਡੀ ਜਾਂ ਹੋਰ ਜਿਹੜੀ ਇਦਾਂ ਦੀ ਸਾਰੀ ਆਪਣੀ ਉਹ ਵੀ ਮਤਲਬ ਇਹਦੇ ਵਿੱਚ ਸ਼ਾਮਲ ਹੋ ਕੇ ਜੀ ਸਾਰਾ ਕੁਝ ਬਾਖੂਬੀ ਹੋਣਾ ਚਾਹੀਦਾ ਜੀ ਬਿਲਕੁਲ ਜੀ ਬਹੁਤ ਮਿਹਰਬਾਨੀ ਪ੍ਰਿੰਸ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਆਪਣਾ ਇੰਨਾ ਕੀਮਤੀ ਵਕਤ ਕੱਢਿਆ ਤੇ ਉਮੀਦ ਆ ਜੀ ਅੱਜ ਤੁਹਾਡੇ ਵੀ ਬਹੁਤ ਸਾਰੇ ਪ੍ਰਾਹੁਣੇ ਆਏ ਹੋਣਗੇ ਤੇ ਤੁਹਾਨੂੰ ਪ੍ਰਾਹੁਣਚਾਰੀ ਲਈ ਬਹੁਤ ਖੁੱਲਾ ਟਾਈਮ ਚਾਹੀਦਾ ਤੇ ਉਮੀਦ ਕਰਦੇ ਹਾਂ ਜੀ ਇਹ ਖੇਡਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਹੋਵੇ ਜੀ ਸੋ ਬਹੁਤ ਮਿਹਰਬਾਨੀ ਜੀ ਥੈਂਕ ਯੂ ਮਿਹਰਬਾਨੀ